ਅਕਾਲ ਪੁਰਖ ਵਾਹਿਗੁਰੂ ਬਾਜਾ ਵਾਲੇ ਦੀ ਕਿਰਪਾ ਨਾਲ ਇਹ ਪਿਛਲੇ 10 ਸਾਲਾਂ ਤੋਂ ਲੰਗਰ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਜੀ। ਅਤੇ ਪੂਰਾ 20 ਇਲਾਕੇ ਦੀ ਜੋ ਸੰਗਤ ਹੈ, ਪੂਰਾ ਸਾਡੇ ਘੱਟੋ ਘੱਟ 35-40 ਪਿੰਡ ਪੈਂਦੇ ਹਨ, ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਰਸ ਦਾ ਲੰਗਰ ਚੱਲਦਾ ਹੈ ਜੀ। ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਜੀ, ਅਤੇ ਬੜੀ ਮਿਹਰ ਹੈ। ਆਹ ਸੰਗਤ ਸਾਰੀ ਆਪਣੇ ਹੱਥੀਂ ਸੇਵਾ ਕਰਦੀ ਹੈ ਜੀ, 20 ਇਲਾਕੇ ਦੀ ਪਿੰਡ ਦੀ ਸੰਗਤ ਅਤੇ ਅਲੱਗ ਅਲੱਗ ਪਿੰਡਾਂ 'ਚੋਂ ਮੁੰਡੇ ਨੌਜਵਾਨ ਵੀਰ ਅਤੇ ਬੀਬੀਆਂ ਸਾਰੇ ਇਕੱਠੇ ਹੋ ਕੇ ਭਾਂਡਿਆਂ ਤੋਂ ਲੈ ਕੇ ਜਿੰਨੇ ਵੀ ਗੰਨੇ ਦੀ ਸੇਵਾ ਸਾਰੀ ਆਪਣੇ ਹੱਥੀਂ ਕਰਦੀ ਹੈ। ਇਹ 11 ਤਰੀਕ ਅਸੀਂ 10 ਸ਼ਾਮ ਨੂੰ ਆ ਗਏ ਸੀ, ਸਾਡੀਆਂ ਜਿਹੜੀਆਂ ਗੰਨੀਆਂ ਟਰੈਲੀਆਂ ਹੈਗੀਆਂ ਇਹ ਜੀ, ਵੈਸੇ ਉੱਥੋਂ ਜਿਹੜੀ ਲੋਡਿੰਗ ਦਾ ਕੰਮ ਹੈ 9-10 ਤੋਂ ਸ਼ੁਰੂ ਹੋ ਜਾਂਦਾ ਜੀ, ਪਰ ਅਸੀਂ ਇੱਥੇ ਜੋ ਆਪਣੇ ਵੇਲਣੇ ਲੈ ਕੇ 11 ਤੋਂ ਲੈ ਕੇ ਹੁਣ 14 ਸ਼ਾਮ ਤੱਕ, ਜਾਣੀ ਕਿ 15 ਨੂੰ ਜਾਵਾਂਗੇ ਜੀ, ਜਦ ਤੱਕ ਮਹਾਰਾਜ ਦੀ ਕਿਰਪਾ ਨਾਲ ਚੱਲੇਗਾ ਜੀ ਲੰਗਰ। ਸਾਰੇ ਨਗਰ ਨੇ ਇਕੱਠੇ ਹੋ ਕੇ ਇੱਥੇ ਲੰਗਰ ਲਾਇਆ, ਲੰਗਰ ਦੀ ਸੇਵਾ ਕੀਤੀ। ਆਪਣਾ ਪੂਰਾ ਗੜਸ਼ੰਕਰ ਏਰੀਏ ਦੇ 35 ਪਿੰਡ ਪੈਂਦੇ ਨੇ, 20 ਏਰੀਏ ਦੇ ਸਾਰੇ ਸਹਿਯੋਗ ਨਾਲ ਇੱਥੇ ਲੰਗਰ ਦੀ ਸੇਵਾ ਕਰਦੇ ਨੇ ਜੀ। ਸੋਚਿਆ ਕਿ ਅਲੱਗ ਪ੍ਰਸ਼ਾਦੇ ਦੇ ਲੰਗਰ ਤਾਂ ਬਹੁਤ ਚੱਲ ਰਹੇ ਨੇ ਕਿ ਅਲੱਗ ਰਸ ਦਾ ਲੰਗਰ ਲਾਇਆ ਜਾਵੇ, ਅਤੇ ਆਪਣੀ ਗਰਮੀ ਕਰਕੇ ਬਹੁਤ ਰਸ ਦਾ ਲੰਗਰ ਲਾਉਂਦੇ ਹਾਂ ਜੀ।